ਗੋਰਖਨਾਥ ਆਇਆ ਤੇ ਦਰਸ਼ਨ ਕਰਨ ਵਾਸਤੇ ਸੀ। ਮੈਂ ਕੇਵਲ ਨਮੂਨਾ ਹੀ ਕਹਿ ਰਿਹਾ, ਦਲੀਲ ਬਾਜੀ ਗੁਰੂ ਕੀ ਸੰਗਤ ਆਪਣੇ ਕੋਲ ਸਮਾਂ ਹੋਵੇਗਾ ਉਸ ਸਮੇਂ ਅੰਦਰ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਸਾਂਝੀ ਕਰਾਂਗੇ। ਜਿਵੇਂ ਜਿਵੇਂ ਤੁਰਿਆ ਆਉਂਦਾ ਏ ਉਹਦੇ ਭਾਗ ਜਾਗਦੇ ਜਾਂਦੇ ਨੇ ਤੇ ਜਦੋਂ ਗੁਰਦੇਵ ਦੇ ਕੋਲ ਪਹੁੰਚਾਣਾ ਕਹਿਣ ਲੱਗੇ ਆ ਗੋਰਖ ਅੰਮ੍ਰਿਤ ਦੇ ਕੇ ਅਮਰ ਕਰ ਦੇਈਏ, ਕੋਈ ਗੱਜ ਕੇ ਆਖੋ ਸਤਨਾਮ। ਭਾਈ ਸਾਹਿਬ ਜੀ ਬੜੇ ਆਨੰਦਮਈ ਤਰੀਕੇ ਨਾਲ ਬਾਣੀ ਪੜ੍ਹ ਰਹੇ ਸੀ। ਆਨੰਦ ਸਾਹਿਬ, ਸਤਿਗੁਰੂ ਜੀ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ ਸੱਚਾ ਮਨ ਵਸਾਇਆ। ਜਦੋਂ ਸੱਚਾ ਮਨ ਵਿੱਚ ਵਸ ਜਾਂਦਾ ਹੈ ਨਾ ਉਦੋਂ ਫਿਰ ਗੁਰੂ ਕੀ ਸੰਗਤ ਦੂਜੀ ਕੋਈ ਗੱਲ ਹੀ ਨਹੀਂ ਰਹਿੰਦੀ। ਜਿੱਧਰ ਦੇਖਦਾ ਹੂੰ ਤੂੰ ਹੀ ਤੂੰ ਕਿ ਹਰ ਸ਼ੈ ਮੇ ਤੇਰਾ ਜਲਵਾ ਰੂਪ ਰੂਪ ਹੈ, ਮੈਨੂੰ ਮਾਲਕ ਤੇਰਾ ਹੀ ਰੂਪ ਨਜ਼ਰ ਆਉਂਦਾ ਹੈ। ਤੇ ਜਦੋਂ ਕੋਲ ਪਹੁੰਚਿਆ ਨਾ ਹੱਥ ਅੱਡੇ ਕਿ ਮੇਰੇ ਏਡੇ ਵੱਡੇ ਭਾਗ, ਮੈਂ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਇਹਨੂੰ ਅੱਖਾਂ ਦੇ ਨਾਲ ਦੇਖ ਲਿਆ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੇਖ। ਦਿਲਾਂ ਵਾਲਿਓ, ਜੇ ਸ੍ਰੀ ਰਵਿਦਾਸ ਜੀ ਨੂੰ ਮੰਨਦੇ ਹੋ ਤੇ ਜਰਾ ਬਿਰਤੀ ਨੂੰ ਹੁਣ ਲਾਂਭੇ ਨਾ ਜਾਣ ਦਿਓ, ਗੱਲ ਬੜੀ ਟਿਕਾਣੇ ਤੇ ਆਉਣੀ। ਮੈਂ ਉੱਧਰ ਸੂਈ ਘੜੀ ਵੱਲ ਵੀ ਦੇਖ ਰਿਹਾ, ਮੇਰਾ ਸਤਿਗੁਰੂ ਕਿਰਪਾ ਕਰੇ। ਲਓ ਜੀ, ਜਦੋਂ ਨੇੜੇ ਆਇਆ ਤੇ ਪਿਆਰੇ ਗੁਰਦੇਵ ਉਹ ਕੂੰਡੇ ਵਾਲੇ ਪਾਣੀ ਦੇ ਵਿੱਚੋਂ ਲੱਭ ਭਰ ਕੇ ਕਹਿੰਦੇ ਕਰ ਬੁੱਕ ਤੈਨੂੰ ਆਪੇ ਹਯਾਤ ਅੰਮ੍ਰਿਤ ਦੇ ਕੇ ਅਮਰ ਕਰ ਦੇਈਏ। ਹੱਥ ਅੱਗੇ ਵਧਾਉਣ ਲੱਗਾ ਪਰ ਮਨ ਵਿੱਚੋਂ ਹੰਕਾਰ ਬੋਲਿਆ। ਜਿਹੜੇ ਪੰਜ ਤੱਤ ਨੇ ਨਾ ਇਹ ਬੰਦੇ ਦੀ ਕਦੀ ਗੁਰੂ ਕੀ ਸੰਗਤ ਪੇਸ਼ ਨਹੀਂ ਜਾਣਦੇ ਨੇ। ਮਨ ਵਿੱਚ ਲਾਜ ਆ ਗਈ, ਹੰਕਾਰ ਭਰੀ ਲਾਜ ਨੇ ਆਵਾਜ਼ ਦਿੱਤੀ, ਗੋਰਖ ਓਏ ਤੂੰ ਸੁਮੇਰ ਪਰਬਤ ਦਾ ਵਾਸੀ, ਯੋਗੀਆਂ ਦਾ ਗੁਰੂ, ਛੇ ਕਲਾ ਸੰਪੂਰਨ ਰਿਧੀਆਂ ਸਿੱਧੀਆਂ ਦਾ ਮਾਲਕ, ਇੱਕ ਗਰੀਬ ਜਾਤੀ ਦਾ ਬੰਦਾ ਕੱਖਾਂ ਦੀ ਕੁੱਲੀ ਵਿੱਚ ਬੈਠਾ ਹੈ ਤੇ ਉਹਦੇ ਵਿੱਚ ਹੀ ਜੁੱਤੀਆਂ ਭਿਉਂ ਭਿਉਂ ਕੇ ਗੰਢ ਰਿਹਾ ਤੇ ਉਹਦੇ ਵਿੱਚੋਂ ਲੱਭ ਭਰ ਕੇ ਕਹਿੰਦਾ ਤੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਅਮਰ ਕਰ ਦੇਈਏ। ਹੰਕਾਰ ਨੇ ਮਤ ਮਾਰ ਦਿੱਤੀ, ਗੁਰੂ ਕੀ ਸੰਗਤ ਜਿਹੜੇ ਅੱਗੇ ਵਧੇ ਹੋਏ ਹੱਥ ਸੀ ਨਾ ਜ਼ਿੰਦਗੀ ਨੂੰ ਅਮਰ ਕਰਨ ਵਾਲੇ ਉਹ ਪਿੱਛੇ ਕਰ ਲੈ ਗੱਜ ਕੇ ਆਖੋ ਸਤਨਾਮ। ਜਦੋਂ ਪਿੱਛੇ ਕਰ ਲਏ ਤੇ ਪਿਆਰੇ ਗੁਰਦੇਵ ਦੇ ਨੇਤਰ ਬੰਦ ਨੇ, ਤਾਂ ਮੇਰੇ ਕੋਲ ਭੈਣ ਜਰਾ ਖਿਆਲ ਕਰਨਾ ਉੱਥੇ ਇੱਕ ਭਾਣਾ ਵਾਪਰੀ। ਇੱਕ 12-13 ਸਾਲ ਦੀ ਬੱਚੀ ਖਲੋਤੀ ਇਹ ਨਜ਼ਾਰਾ ਤੱਕ ਰਹੀ ਏ, ਕਹਿੰਦੇ ਗੋਰਖ ਬੇਰੇ ਅੰਮ੍ਰਿਤ ਪੀਤਿਆਂ ਹੀ ਉਡਾਰੀ ਲੈ ਕੇ ਆਪਣੇ ਵਤਨ ਨੂੰ ਤੁਰ ਗਿਆ। ਉਹ ਬੀਬੀ ਨਿਵਾਣੀ ਬਣ ਕੇ ਗੁਰਦੇਵ ਦੇ ਚਰਨਾਂ ਉੱਤੇ ਢਹਿ ਪਈ, ਹੱਥ ਅੱਗੇ ਕੀਤੇ, ਪਿਆਰੇ ਗੁਰਦੇਵ ਨੇ ਅੰਮ੍ਰਿਤ ਪਾ ਦਿੱਤਾ, ਅੰਮ੍ਰਿਤ ਛਕਿਆ ਤੇ ਰੋਮ ਰੋਮ ਦੇ ਵਿੱਚ ਬ੍ਰਹਮ ਦਾ ਗਿਆਨ ਪੈਦਾ ਹੋ ਪਰ ਪ੍ਰਗਟ ਨਹੀਂ ਹੋਣ ਦਿੱਤਾ। ਉਹ 13 ਸਾਲ ਦੀ ਬੱਚੀ, ਇਤਿਹਾਸ ਪੜ੍ਹੋ, ਬੀਬੀ ਅਨੂਪ ਕੌਰ, ਮੇਰੇ ਵੀਰੋ ਅਮਰ ਹੋ ਗਈ, ਰੋਮ ਰੋਮ ਦੇ ਵਿੱਚ ਬ੍ਰਹਮ ਦਾ ਗਿਆਨ ਪੈਦਾ ਹੋ ਗਿਆ। ਏਡੀ ਭਗਤੀ, ਏਡਾ ਸਿਮਰਨ ਕੀਤਾ, ਬੱਚੀ ਮੁਟਿਆਰ ਹੋਈ, ਮਾਪਿਆਂ ਨੇ ਮੁਲਤਾਨ ਦੀ ਧਰਤੀ ਅੰਦਰ ਵਿਆਹ ਦਿੱਤੀ। ਕਿੱਥੇ ਬਨਾਰਸ ਤੇ ਕਿੱਥੇ ਮੁਲਤਾਨ, ਸੱਸ ਬੜੀ ਚੰਗੀ ਮਿਲੀ ਏ, ਸਹੁਰਾ ਬੜਾ ਚੰਗਾ ਮਿਲਿਆ ਏ, ਪਤੀ ਬੜਾ ਅਮੀਰ ਏ, ਹਿਰਦੇ ਦਾ ਅਮੀਰ, ਮਾਇਆ ਦਾ ਅਮੀਰ, ਅਕਾਲ ਪੁਰਖ ਦੀ ਬੜੀ ਅਪਾਰ ਕਿਰਪਾ ਏ, ਨਨਾਣ ਹੈ, ਦੇਵਰ ਹੈ, ਚੰਗਾ ਪਰਿਵਾਰ ਹੈ। ਉਹ ਬੱਚੀ ਆਪਣਾ ਜੀਵਨ ਬਸਰ ਕਰ ਰਹੀ ਹੈ, ਸਹੁਰੇ ਘਰ ਵਿੱਚ ਪਿਆਰੇ ਗੁਰਦੇਵ ਦਾ ਨਾਮ ਜਪ ਰਹੀ। ਇੱਕ ਦਿਨ ਭਾਣਾ ਵਾਪਰਿਆ, ਗੋਰਖ ਉੱਡਿਆ ਸੁਮੇਰ ਪਰਬਤ ਤੋਂ ਮੁਲਤਾਨ ਪਹੁੰਚ ਗਿਆ ਤੇ ਮੁਲਤਾਨ ਦੀਆਂ ਗਲੀਆਂ ਵਿੱਚ ਆਣ ਕੇ ਕਹਿੰਦਾ ਉਹ ਮੁਲਤਾਨ ਦੇ ਲੋਕੋ, ਇਹਨਾਂ ਜੋਗੀਆਂ ਦੇ ਹੱਥ ਵਿੱਚ ਲਿਖੋ ਲੱਕੜ ਦੀ ਇੱਕ ਕਾਲੀ ਜਿਹੀ ਚਿੱਪੀ ਪੜੀ ਹੁੰਦੀ ਹੈ, ਬਰਤਨ ਜਿਹਾ ਬਣਿਆ ਹੋਇਆ। ਕਹਿਣ ਲੱਗਾ ਮੁਲਤਾਨ ਦੇ ਜਿਸ ਵੀ ਘਰ ਮੁਹੱਲੇ ਵਿੱਚੋਂ, ਮੁਲਤਾਨ ਸ਼ਹਿਰ ਦੇ ਵਿੱਚੋਂ ਜੇ ਮੇਰੀ ਇਹ ਚਿੱਪੀ ਆਪੇ ਨਾਲ ਤੁਸਾਂ ਲੋਕਾਂ ਨੇ ਨਾ ਭਰੀ, ਆਪਣੀਆਂ ਕਰਾਮਾਤਾਂ ਦੇ ਨਾਲ ਮੈਂ ਤੁਹਾਡੇ ਸ਼ਹਿਰ ਨੂੰ ਤਬਾਹ ਕਰ ਦੇਵਾਂਗਾ। ਭਾਣਾ ਵਾਪਰ ਗਿਆ, ਲੋਕਾਂ ਨੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ, ਹਾਹਾਕਾਰ ਮੱਚ ਗਈ, ਤੁਰਿਆ ਆਉਂਦਾ ਏ। ਮਾੜੀ ਕਿਸਮਤ ਗੋਰਖ ਦੀ ਉਸ ਮੁਹੱਲੇ ਵਿੱਚ ਆਉਣ ਵਾਲੀ ਹੈ ਜਿੱਥੇ ਉਹ ਬੀਬੀ ਵਿਆਹੀ ਹੋਈ ਸੀ। ਗੱਜ ਕੇ ਆਖੋ ਸਤਨਾਮ। ਘਬਰਾਈ ਸੱਸ ਬਾਹਰੋਂ ਆਈ, ਦਰਵਾਜ਼ਾ ਬੰਦ ਕੀਤਾ, ਕਹਿਣ ਲੱਗੀ ਬੱਚੇ ਅੰਦਰ ਚਲੋ, ਦਰਵਾਜ਼ੇ ਬੰਦ ਕਰੋ, ਅੱਜ ਉਸ ਬੱਚੀ ਨੇ ਬ੍ਰਹਮ ਦਾ ਗਿਆਨ ਪ੍ਰਗਟ ਕਰਨਾ ਹੈ। ਕਈ ਵਾਰੀ ਸਾਨੂੰ ਕੋਈ ਚੀਜ਼, ਛੋਟੀ ਜਿਹੀ ਵੀ ਵਸਤੂ ਮਿਲ ਜਾਵੇ ਨਾ ਤੇ ਅਸੀਂ ਗਲੀਆਂ ਬਾਜ਼ਾਰਾਂ ਵਿੱਚ ਢੋਲ ਵਜਾਉਂਦੇ ਫਿਰਦੇ ਹਾਂ, ਪਰ ਧੰਨ ਸੀ ਉਹ ਬੱਚੀ ਅਨੂਪ ਕੌਰ ਜਿਹਦੇ ਤੇ ਪਿਆਰੇ ਗੁਰਦੇਵ ਨੇ ਐਸੀ ਕਿਰਪਾ ਕਰ ਦਿੱਤੀ, ਬ੍ਰਹਮ ਦਾ ਗਿਆਨ ਵੀ ਦੇ ਦਿੱਤਾ, ਨਾਲ ਤਾਕਤ ਵੀ ਦੇ ਦਿੱਤੀ ਕਿ ਇਹਨੂੰ ਕਦੇ ਅਯਾਈ ਨਹੀਂ ਗਵਾਉਣਾ, ਇਹਨੂੰ ਕਦੇ ਐਵੇਂ ਗਊ ਗਰੀਬ ਦੇ ਉੱਤੇ ਪ੍ਰਗਟ ਨਹੀਂ ਕਰਨਾ। ਮੇਰੀ ਪਿਆਰੀ ਸੱਸ ਮਾਂ, ਜੇ ਤੈਨੂੰ ਆਪਣੀ ਧੀ ਦੇ ਉੱਤੇ ਵਿਸ਼ਵਾਸ ਹੈ ਤੇ ਫਿਰ ਦਰਵਾਜ਼ਾ ਕਿਉਂ ਬੰਦ ਕਰ ਰਹੀ ਨੀ? ਬੱਚੀਏ ਤੂੰ ਜਾਣਦੀ ਨਹੀਂ, ਕਰਾਮਾਤੀ ਏ, ਬੜਾ ਹੰਕਾਰੀ ਏ। ਮੱਥੇ ਦੇ ਉੱਤੇ ਚੂੜੀ ਪੈ ਗਈ,
ਗਈ ਕਹਿਣ ਲੱਗੀ ਅੰਮਾ ਆਪਣੀ ਨੌਂ ਧੀ ਦੇ ਉੱਤੇ ਵਿਸ਼ਵਾਸ ਕਰਕੇ ਇੱਕ ਵਾਰੀ ਅਕਾਲ ਪੁਰਖ ਨੂੰ ਧਿਆ ਕੇ ਦਰਵਾਜ਼ਾ ਤੇ ਖੋਲਦੇ ਜੇ ਦੂਜੀ ਗਲੀ ਤੁਰਿਆ ਜਾਂਦਾ ਤੇ ਆਵਾਜ਼ ਮਾਰ ਕੇ ਉਹਨੂੰ ਮਾਂ ਦੇ ਪੁੱਤ ਨੂੰ ਕਹਿ ਇੱਧਰ ਆਵੇ। ਹੰਕਾਰਿਆ ਜੋਗੀ ਆਇਆ ਖੁੱਲਾ ਦਰਵਾਜ਼ਾ ਦੇਖ ਕੇ ਆਵਾਜ਼ ਦਿੱਤੀ ਅਲਖ ਤਨਾਈਆਂ। ਉਹ ਬੱਚੀ ਅੰਦਰ ਗਈ ਇੱਕ ਮੁੱਠ ਆਟੇ ਦੀ ਭਰ ਕੇ ਲੈ ਆਈ ਤੇ ਗੁਰਦੇਵ ਦਾ ਨਾਂ ਲੈ ਕੇ ਗੁਰੂ ਕੀ ਸੰਗਤ ਠਾਰ ਕਰਦੀ ਮੁੱਠ ਆਟੇ ਦੀ ਉਹ ਚਿੱਪੀ ਵਿੱਚ ਮਾਰੀ। ਜੋਗੀ ਦੇ ਹੱਥੋਂ ਚਿੱਪੀ ਛੁੱਟ ਗਈ। ਲੋਕ ਪੀਪੇ ਭਰ ਭਰ ਕੇ ਆਟਾ ਪਾਉਂਦੇ ਸੀ ਪਰ ਕਰਾਮਾਤ ਦੇ ਨਾਲ ਖਤਮ ਕਰੀ ਜਾਂਦਾ ਸੀ। ਜਿੰਨਾ ਸੈਂਕੜੇ ਮਨ ਹਜ਼ਾਰਾਂ ਮਨ ਆਟਾ ਉਹਨੇ ਖਤਮ ਕੀਤਾ ਸੀ ਨਾ, ਜਦੋਂ ਬੀਬੀ ਨੇ ਸੱਤ ਕਰਤਾਰ ਕਹਿ ਕੇ ਇੱਕ ਮੁੱਠ ਆਟੇ ਦੀ ਮਾਰੀ, ਉਹ ਮੇਰੇ ਵੀਰੋ ਗੁਰੂ ਕੀ ਸੰਗਤ ਚਿੱਪੀ ਛੁੱਟ ਗਈ। ਧਰਤੀ ਤੇ ਜਾ ਡਿੱਗੀ ਤੇ ਮੁਲਤਾਨ ਸ਼ਹਿਰ ਦੇ ਵਿੱਚੋਂ ਕਰਾਮਾਤ ਨਾਲ ਛਪਾਏ ਹੋਏ ਆਟੇ ਦਾ ਢੇਰ ਲੱਗ ਗਿਆ। ਗੱਜ ਕੇ ਆਖੋ ਸਤਨਾਮ। ਲਓ ਜੀ ਇੱਕ ਮਿੰਟ ਮੈਂ ਲੈਕਚਰ ਕਰਨਾ, ਤਿੰਨ ਮਿੰਟ ਦਾ ਅੰਗ ਦਾ ਬੈਠ ਨਹੀਂ, ਇਹ ਕਹਿ ਕੇ ਸਮਾਪਤੀ। ਉਹ ਜੋਗੀ ਦੀ ਮੱਤ ਮਾਰੀ ਗਈ, ਕਦੇ ਬੀਬੀ ਦੇ ਚਿਹਰੇ ਵੱਲ ਦੇਖੇ, ਕਦੇ ਆਟੇ ਦੇ ਢੇਰ ਵੱਲ ਦੇਖੇ। ਕਹਿਣ ਲੱਗਾ ਹੇ ਦੇਵੀ ਇਹ ਤੂੰ ਤਾਕਤ ਕਿੱਥੋਂ ਲਈ? ਕਹਿਣ ਲੱਗੀ ਜੋਗੀ ਮੇਰੀਆਂ ਨਜ਼ਰਾਂ ਦੇ ਸਾਹਮਣੇ ਹੁਣ ਤੱਕ ਤੂੰ ਸਹੀ ਸਲਾਮਤ ਖਲੋਤਾ ਏ, ਇਸ ਕਰਕੇ ਕਿ ਜਿਹੜਾ ਅੰਮ੍ਰਿਤ ਤੂੰ ਛੱਡਿਆ ਸੀ ਨਾ ਕੁੰਡੇ ਵਾਲਾ ਪਾਣੀ ਸਮਝ ਕੇ, ਉਹ ਮੈਂ ਛਕਿਆ ਸੀ ਤਾਂ ਮੇਰੇ ਵਿੱਚ ਇੰਨੀ ਤਾਕਤ ਆਈ ਏ।